वाहिगुरु जी का खालसा, वाहिगुरु जी की फतेह। श्री गुरु नानक देव जी महाराज की बाणी का रागात्मक कीर्तन आप सब एक लड़ी के रूप में साढ़े इस फेसबुक पेज गुरमत संगीत चेयर ते हर रोज़ शामी 5 बजे निर्विघन सुन रहे हो। शुरुआत विच जदों ये प्लान बनया, गुरु महाराज ने कृपा की, लॉकडाउन दे विच मन विच आया, होर विद्वानां नाल सांझ पाई कि गुरु नानक देव जी दी बाणी दे जिहड़े मुख 19 राग हन उहनां विच कीर्तन करवाया जाए। पर हुण सानूं कुछ विद्वानां द्वारा भी फोन आए, विचार विमर्श हुई अते राग बिहागड़ा जिस विच बिहागड़े की वार है उस विच 2 श्लोक पातशाही पहली दे सानूं ਉਹ ਮਿਲੇ ਹਨ। ਸੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ 20ਵਾਂ ਰਾਗ ਬਿਹਾਗੜਾ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਕੀਤਾ ਜਾਵੇ, ਜਿਸ ਦਾ ਕੀਰਤਨ ਆਪ ਜੀ ਅੰਤਿਮ ਦਿਨ 30 ਅਕਤੂਬਰ ਨੂੰ ਸਰਵਣ ਕਰੋਗੇ। ਸੋ 20 ਮੁੱਖ ਰਾਗਾਂ ਵਿੱਚੋਂ ਅੱਜ ਜਿਸ ਰਾਗ ਵਿੱਚ ਆਪ ਜੀ ਬਾਣੀ ਦਾ ਕੀਰਤਨ ਸਰਵਣ ਕਰੋਗੇ ਉਹ ਹੈ ਬੜਾ ਹੀ ਮਿੱਠਾ, ਬੜਾ ਪੁਰਾਣਾ ਅਤੇ ਰੁੱਤ ਦੇ ਨਾਲ ਜਿਸਦਾ ਸੰਬੰਧ ਹੈ, ਰਾਗ ਬਸੰਤ। ਬਸੰਤ ਦਾ ਪ੍ਰਮਾਣ, ਬਸੰਤ ਬਾਰੇ ਗੱਲਬਾਤ ਲਗਭਗ ਪੁਰਾਤਨ, ਮੱਧਕਾਲੀਨ ਅਤੇ ਆਧੁਨਿਕ ਸਾਰੇ ਗ੍ਰੰਥਾਂ ਵਿੱਚ ਮਿਲਦੀ ਹੈ। ਪਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਜਿਹੜਾ ਬਸੰਤ ਪ੍ਰਸਿੱਧ ਹੈ ਅਤੇ ਗਾਇਆ ਵਜਾਇਆ ਜਾਂਦਾ ਹੈ ਉਹ ਹੈ ਪੂਰਵੀ ਥਾਟ ਦਾ ਬਸੰਤ। ਹਾਲਾਂਕਿ ਇਸ ਦਾ ਪਾਲਣ ਗੁਰਮਤਿ ਸੰਗੀਤ ਵਿੱਚ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਵਿੱਚ ਵੀ ਹੁੰਦਾ ਰਿਹਾ ਹੈ, ਪਰੰਤੂ ਗੁਰਮਤ ਸੰਗੀਤ ਪੱਧਤੀ ਵਿੱਚ ਵੱਧ ਮਾਨਤਾ ਜੋ ਦਿੱਤੀ ਜਾਂਦੀ ਹੈ ਉਹ ਹੈ ਬਿਲਾਵਲ ਥਾਟ ਦੇ ਸ਼ੁੱਧ ਸੁਰਾਂ ਵਾਲੇ ਬਸੰਤ ਨੂੰ, ਜਿਸ ਦਾ ਸਰੂਪ ਇਸ ਪ੍ਰਕਾਰ ਹੈ। ਮੁੱਖ ਅੰਗ ਜਾਂ ਪਕੜ ਗਮ ਧਨੀ ਸਾ ਨੀ ਧ ਪ ਮ ਗ ਰੇ ਸਾ। ਬਸੰਤ ਰਾਗ ਦੀਆਂ ਹੋਰ ਸੁਰਾਵਲੀਆਂ ਵਿੱਚ ਧ ਨੀ ਸਾ ਗ ਮ ਸ ਗ ਮ ਧ ਨੀ ਧ ਪ ਮ ਮ ਪ ਗ ਗ ਮ ਧ ਨੀ ਸਾ ਗ ਨੀ ਸਾ ਨੀ ਸਾ ਧ ਪ ਮ ਮ ਪ ਗ ਮ ਰੇ ਸਾ। ਸੋ ਮਾ ਗਾ ਰੇਸਾ ਦੇ ਨਾਲ ਨਾਲ ਗਾਮਾ ਰੇਸਾ ਦਾ ਵੀ ਪ੍ਰਯੋਗ ਹੋ ਜਾਂਦਾ ਹੈ। ਇੱਥੇ ਮੈਂ ਸੰਗੀਤ ਦੇ ਗੁਣੀ ਜਨਾਂ, ਸੰਗੀਤ ਦੇ ਸਾਧਕਾਂ ਅਤੇ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਦੇ ਜਿਹੜੇ ਸਾਧਕ ਹਨ, ਜਿਹੜੇ ਕੀਰਤਨ ਕਰਦੇ ਹਨ, ਉਹਨਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਰਾਗ ਹੈ ਭਿੰਨ ਸ਼ਡਜ, ਜਿਸ ਨੂੰ ਕੈਸ਼ਿਕ ਧੁਨੀ ਜਾਂ ਕੌਸ਼ਿਕ ਧੁਨੀ ਵੀ ਕਿਹਾ ਜਾਂਦਾ ਹੈ। ਉਸ ਵਿੱਚ 5 ਹੀ ਸੁਰ ਲੱਗਦੇ ਹਨ ਅਰੋਹ ਅਵਰੋਹ ਵਿੱਚ। ਸਾ ਗ ਮ ਧ ਨੀ ਸਾ ਨੀ ਧ ਮ ਗ ਸਾ। ਇਸ ਨਾਲ ਬਸੰਤ ਕਾਫੀ ਮਿਲਦਾ ਹੈ। ਇਸ ਤੋਂ ਵੀ ਵੱਧ ਇੱਕ ਹੋਰ ਰਾਗ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਹੇਮੰਤ ਦੇ ਨਾਮ ਤੋਂ ਗਾਇਆ ਜਾਂਦਾ ਹੈ। ਉਹ ਲਗਭਗ ਗੁਰਮਤਿ ਸੰਗੀਤ ਵਿੱਚ ਪ੍ਰਚਲਿਤ ਇਸ ਬਸੰਤ ਦੇ ਨਾਲ ਮਿਲਦਾ ਜੁਲਦਾ ਹੈ। ਸਾ ਗ ਮ ਧ ਨੀ ਸਾ ਨੀ ਧ ਪ ਮ ਗ ਮ ਰੇ ਸਾ। ਇਹ ਹੇਮੰਤ ਹੈ,
परंतु गुरमत संगीत विच मागा रेसा दा प्रयोग ज़्यादा हो जाता है। सो विचार करनी, आस पास दे रागां नू वेखना समझना बहुत जरूरी हुंदा है किसी भी राग नू शुद्धता नाल निभाउण लई। आओ अज असीं इस राग विच कीर्तन सरवण करांगे। श्री गुरु नानक देव जी ने बसंत विच साडे ते बख्शिश कीती है 13 शब्दां दी, जिस विचों अज आप जी कीर्तन सरवण करन जा रहे हो। वाहिगुरु जी का खालसा, वाहिगुरु जी की फतेह।